ਤੁਸੀਂ ਦੇਖੀ ਮਾਮਲਾ ਮੰਡੀ ਗੋਬਿੰਦਗੜ ਦੇ ਨਜ਼ਦੀਕੀ ਪਿੰਡ ਧੁਰਾਂ ਦਾ ਹੈ ਜਿੱਥੇ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਦੀ ਵੀਡੀਓ ਤੁਸੀਂ ਦੇਖ ਹੀ ਲਈ ਪਿੰਡ ਦੇ ਇੱਕ ਵਿਅਕਤੀ ਵੱਲੋਂ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਸਰੂਪ ਉੱਤੇ ਬੈਠ ਗਿਆ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੀ ਸੰਗਤ ਗੁਰਦੁਆਰਾ ਸਾਹਿਬ ਚ ਇਕੱਠੀ ਹੋ ਗਈ ਹਾਲਾਂਕਿ ਸੰਬੰਧਿਤ ਵਿਅਕਤੀ ਦੇ ਪਰਿਵਾਰ ਵੱਲੋਂ ਉਸ ਨੂੰ ਮਾਨਸਿਕ ਤੌਰ ਤੇ ਰੋਗੀ ਦੱਸਿਆ ਜਾ ਰਿਹਾ ਹੈ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਪਿੰਡ ਤੁਰਾਂ ਜਿਹੜੀ ਬੇਅਦਬੀ ਗੁਰੂ ਸਾਹਿਬ ਦੀ ਸਵੇਰੇ ਹੋਈ ਆ ਇਹ ਕਿੰਨੇ ਵਜੇ ਆਇਆ ਜੀ ਬੰਦਾ ਇਹ 4:15 ਤੇ ਆਇਆ ਜੀ 4:15 ਤੇ ਬੀਬੀਆਂ ਆਈਆਂ ਨੇ ਗੁਰਦੁਆਰਾ ਸਾਹਿਬ ਜਦੋਂ ਬੀਬੀਆਂ ਆਈਆਂ ਇਹਨਾਂ ਦੇ ਨਾਲ ਹੀ ਅੰਦਰ ਵੜ ਗਿਆ ਹੈ ਮਹਾਰਾਜ ਵਾਲੇ ਜਦੋਂ ਅੰਦਰ ਵੜਿਆ ਮਾਈਆਂ ਨੇ ਮੱਥਾ ਟੇਕ ਕੇ ਬਾਹਰ ਆ ਗਈਆਂ ਝਾੜੂ ਚੱਕਣੇ ਹੁੰਦੇ ਨੇ ਉਹਨਾਂ ਨੇ 18-20 ਸਾਲ ਤੋਂ ਸੇਵਾ ਕਰ ਰਹੀਆਂ ਨੇ ਗੁਰਦੁਆਰਾ ਸਾਹਿਬ ਆਪਣੇ ਜਦੋਂ ਝਾੜੂ ਚੱਕਣਾ ਆਈਆਂ ਉਹਨੇ ਜਦੇ ਆਲੇ ਦੁਆਲੇ ਦੇ ਕੁੰਡੇ ਆਪਣੇ ਬੰਦ ਕਰਕੇ ਉਹ ਤੋਂ ਬਾਅਦ ਦੇ ਵਿੱਚ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਪਹਿਲਾਂ ਮਹਾਰਾਜ ਦੇ ਕੰਨੀ ਪਿੱਠ ਕਰੀ ਬੈਠਾ ਵਾ ਫਿਰ ਉਹ ਤੋਂ ਬਾਅਦ ਦੇ ਵਿੱਚ ਉਹਨੇ ਸ਼ਸਤਰ ਵੀ ਸਾਰੇ ਖੰਡਾ ਦਿੱਤੇ ਅਤੇ ਮਹਾਰਾਜ ਦੇ ਉੱਤੇ ਜਾ ਕੇ ਬਹਿ ਗਿਆ ਉਸ ਟਾਈਮ ਤੱਕ ਬਾਬਾ ਤੁਸੀਂ ਕਿੱਥੇ ਸੀ ਮੈਂ ਜਿਹੜੀ ਇਹ ਸੰਗਤ ਆ ਪਹਿਲਾਂ ਫੋਨ ਕੀਤੇ ਸਾਰਿਆਂ ਨੂੰ ਕੋਈ ਨਹੀਂ ਆਇਆ ਫਿਰ ਅਸੀਂ ਚਾਰੇ ਜਣੇ ਦੋਏ ਮੁੰਡੇ ਮੇਰੇ ਘਰ ਦੇ ਸਾਡੇ ਅਸੀਂ ਬੁਲਾਉਂਦੇ ਰਹੇ ਇਹਨਾਂ ਲੋਕਾਂ ਨੂੰ ਵੀ ਭਾਈ ਆਓ ਇਹ ਅੰਦਰ ਤਾਂ ਜੀ ਕਿਉਂ ਬੀਬੀਆਂ ਇਹ ਕਹਿ ਰਹੀਆਂ ਤੀਆਂ ਵੀ ਬਾਹਰ ਤੋਂ ਭਾਈ ਬਾਹਰ ਆ ਇਹ ਬਾਹਰ ਨਹੀਂ ਆਇਆ ਜੀ ਗੁਰਦੁਆਰਾ ਸਾਹਿਬ ਤੋਂ ਅੰਦਰ 'ਤੇ ਜਾਣੂ ਆਏ ਅਸੀਂ ਸਾਡੇ ਘਰਦਿਆਂ ਨੇ ਇਹਨੇ ਗੱਲ 'ਤੇ ਕਿਰਪਾਨ ਰੱਖ ਲਈ ਅੰਦਰ 'ਤੇ ਆ ਕੇ ਫਿਰ ਮਹਾਰਾਜ ਤੋਂ ਬੈਠ ਕੇ ਉੱਠ ਕੇ ਆਇਆ ਬਾਹਰ ਆ ਕੇ ਮੈਨੂੰ ਐਂ ਹੋਇਆ ਵੀ ਕੋਈ ਇਹਦੇ ਹੈ ਨਹੀਂ ਜਿਹਦੇ ਕਿਰਪਾਨ ਰੱਖ ਲਈ ਘਰਦਿਆਂ ਦੇ ਸਾਡਿਆਂ 'ਤੇ ਉਹ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਆਇਆ ਮੈਂ ਕੀ ਕਰਦਾ ਤੂੰ ਕਹਿੰਦਾ ਆਹ ਕਰਦਾ ਮੈਂ ਦੁਬਾਰਾ ਜਾ ਕੇ ਫਿਰ ਮਹਾਰਾਜ 'ਤੇ ਬਹਿ ਗਿਆ ਇਹ ਬੇਅਦਬੀ ਇਹਨੇ ਕੀਤੀ ਆ ਬਹੁਤ ਇਹ ਇਨਸਾਫ ਆ ਜਿਹੜਾ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਹਰ ਥਾਂ 'ਤੇ ਹੀ ਜਿਹੜੀ ਪੁਲਿਸ ਆ ਇਹ ਕਹਿ ਦਿੰਦੀ ਆ ਕਿ ਜਿਹੜਾ ਕੋਈ ਵੀ ਬੰਦਾ ਵੀ ਮੈਂਟਲ ਆ ਹੁਣ ਵੀ ਇਹ ਵੀਡੀਓ ਜਿਹੜੀ ਦੇਖ ਰਹੇ ਨੇ ਵੀਰ ਇਹ ਵੀ ਕਹਿ ਰਹੇ ਨੇ ਕਹਿੰਦੇ ਵੀ ਮੈਂਟਲ ਆ ਇਹ ਬੰਦਾ ਮੈਂਟਲੀ ਜਿਹੜੀ ਆ ਇਹ 2 ਦਿਨ 'ਤੇ ਇਹਨੇ ਆਪਣੇ ਕਾਗਜ਼ਾਂ 'ਤੇ ਲਿਖਾ ਲਈ ਕੋਈ ਮੈਂਟਲ ਨਹੀਂ ਇਹ ਮੁੰਡਾ ਕੱਪੜੇ ਸਿਉਂਦਾ ਵਧੀਆ ਬਣਾਉਂਦਾ ਕੱਪੜੇ ਸਾਰੇ ਤਰ੍ਹਾਂ ਦੇ ਇਹਦਾ ਨਾਂ ਜਿਹੜਾ ਇਹਦੇ ਬਾਪ ਦਾ ਮਹਿੰਦਰ ਸਿੰਘ ਆ ਜੀ ਇਹਦਾ ਨਾਮ ਮੀਵੀ ਆ ਜੀ ਜਿਹਨੇ ਬੇਅਦਬੀ ਕਰੀ ਆ ਗੁਰਦੁਆਰਾ ਸਾਹਿਬ ਦੀ ਆਪਾਂ ਤਾਂ ਇਹੀ ਚਾਹੀਦਾ ਇਨਸਾਫ ਕਿ ਸਤਿਗੁਰਾਂ ਦੀ ਜਿਹੜੀ ਬੇਅਦਬੀ ਕੀਤੀ ਆ ਇਹਨੂੰ ਕੜੀ ਤੇ ਕੜੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਤੁਹਾਡੇ ਘਰਦਿਆਂ ਦੇ ਜਿਹੜੀ ਗੱਲਬਾਤ ਉਹ ਕਹਿੰਦੇ ਆ ਕਿ ਸਾਡੇ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਰਪਾਨਾਂ ਰੱਖ ਲਈ ਹਾਂਜੀ ਹਾਂ ਕਿਰਪਾਨਾਂ ਉਹਨਾਂ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਦੇ ਗਲ 'ਤੇ ਕਿਰਪਾਨ ਰੱਖੀ ਉਹਨੇ ਜੇ ਕੋਈ ਮਾੜੀ ਜੀ ਪਿੱਛੇ ਖਿੱਚ ਲੈਂਦਾ ਉਹ ਕਿਰਪਾਨ ਇਹਨੂੰ ਗਲ ਵੱਢ ਕੇ ਛੱਡ ਦਿੰਦਾ ਇਹਨਾਂ ਦਾ ਜਦੋਂ ਫਿਰ ਮੈਂ ਦੁਬਾਰਾ ਤਾਰਿਆ ਇਹਦੇ 'ਤੇ ਪੂਰਾ ਸੋਧਾ ਲਾ ਕੇ ਅਸੀਂ ਨਿਵਾਰ ਤਾਰਿਆ ਇਹ ਇੰਨੀ ਜਾਣੀ ਕਿ ਇਹ ਘਟਨਾ ਹੋਈ ਹੈ ਜੀ ਸਾਨੂੰ ਇਹੀ ਇਨਸਾਫ ਆ ਜਿਹੜਾ ਸਾਰੇ ਨਗਰ ਨੂੰ ਸਾਰੇ ਪੰਜਾਬ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਬੇਅਦਬੀ ਹੁੰਦੀ ਆ ਬਸ ਉੱਥੇ ਹੀ ਗੱਲ ਇਹ ਆ ਵੀ ਫਲਾਣੇ ਥਾਂ ਪਾਗਲ ਤਾ ਫਲਾਣੇ ਥਾਂ ਫੀਮ ਖਾਂਦਾ ਤਾ ਬੰਦਾ ਵੀ ਤਾਂ ਕਰਕੇ ਹੋ ਗਿਆ ਜਿਹੜੀ ਬੇਅਦਬੀ ਹੁੰਦੀ ਆ ਇਹ ਜਾਣ ਬੁੱਝ ਕੇ ਕਰਾਉਂਦੇ ਨੇ ਵੀ ਸਾਡਾ ਜਿਹੜਾ ਗੁਰੂ ਆ ਸਾਡਾ ਗੁਰੂ ਕਹਿੰਦਾ ਮਹਾਰਾਜ ਦੇ ਉੱਪਰ ਬੈਠੋ ਤਾਂ ਕਾਹੋ ਜਾ ਇਹ ਗੱਲਾਂ ਸਾਡੇ ਨਾਲ ਇਹ ਮੁੰਡੇ ਨੇ ਕੀਤੀਆਂ ਜਦੋਂ ਇਹਦੀ ਕਟਾਈ ਪੂਰੀ ਕਰੀ ਆ ਮੈਂ ਕਰੀ ਆ ਇਹ ਕਹਿੰਦਾ ਜੀ ਸਾਡੇ ਕੋਲ ਕਰਕੇ ਗਿਆ ਨੇ ਜਮਾਂ ਸਪਸ਼ਟ ਹੋ ਗਿਆ ਪਹਿਲਾਂ ਕਰਦਾ ਤਾ ਤਰ ਪਰ ਜੀ ਜਦੋਂ ਉਹਦੀ ਕਟਾਈ ਹੋਈ ਇਹਨਾਂ ਜਿਵੇਂ ਮੈਂ ਬੋਲ ਰਿਹਾ ਇੱਕ ਬੋਲਦਾ ਤੋਤੇ ਨੂੰ ਸਾਰੀ ਚੀਜ਼ ਵੀ ਮੈਨੂੰ 5-7 ਬੰਦਿਆਂ ਨੇ ਭੇਜਿਆ ਜੀ ਐਂ ਨਹੀਂ ਪਤਾ ਵੀ ਕਿਹਨੇ ਭੇਜਿਆ ਕਿਹਦਾ ਨਾਂ ਲੈਂਦਾ ਇਹ ਇੰਨਾ ਕੁ ਜਾਣੀ ਕਿ ਸਾਨੂੰ ਦੁਬਾਰਾ ਫਿਰ ਇਹੀ ਬੇਨਤੀ ਆ ਵੀ ਜਿਹੜਾ ਇਨਸਾਫ ਆ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਸੰਗਤ ਦਾ ਸਾਰੀ ਸੰਗਤ ਨੂੰ ਬੇਨਤੀ ਆ ਕਿ ਭਾਈ ਜਿਹੜਾ ਕੋਈ ਪਾਗਲ ਆ ਉਹਨੂੰ ਪਾਗਲ ਨੂੰ ਆਪਣੇ ਘਰਾਂ ਰੱਖਿਆ ਕਰੋ 2 ਵਾਰੀ ਇਹ ਮਹੀਨੇ ਦੇ ਵਿੱਚ ਸਾਡੇ ਗੱਲ ਘਟਨਾ ਜਿਹੜੀ ਹੋ ਚੁੱਕੀ ਆ ਸਾਰੀ ਸੰਗਤ ਨੂੰ ਮੈਂ ਕਹਿਣਾ ਪਹਿਲਾਂ ਵੀ ਜਿਹੜਾ ਪਹਿਲਾਂ ਬੰਦਾ ਬਾਹਰ ਤੋਂ ਜੀ ਅਸੀਂ ਨੇ ਮੋੜਿਆ ਉਹ ਕਿਉਂ ਮੈਨੂੰ ਪਤਾ ਲੱਗ ਗਿਆ ਇਹ ਪਾਗਲ ਆ ਉਹਨੂੰ ਬਾਹਰ ਤੋਂ ਮੋੜਿਆ ਜੀ ਮੈਂ ਇਹ ਬੰਦੇ ਦਾ ਸਾਨੂੰ ਕੋਈ ਨਹੀਂ ਤੇ ਵੀ ਪਾਗਲ ਆ ਇਹ ਤਾਂ ਬੰਦਾ ਵਧੀਆ ਜੀ ਉਹ ਸਾਨੂੰ ਕਹਿੰਦੀ ਆ ਵੀ ਇਹ ਜਿਹੜਾ ਪਾਗਲ ਹੈ ਇਸ ਬਾਬਤ SGPC ਦੇ ਆਗੂ ਨੇ ਕੀ ਕਿਹਾ ਦੇਖੋ ਦਾਸ ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਅਮਲੋਹ
कि मेरे हल्के दे अंदर अज नगर तूरा गुरद्वारा सिंह सभा जो थाना मंडी गोबिंदगढ़ दे विच पैंदा है सत्कारयोग साध संगत जी ते उत्थे एक घटना वापरी है कि 4 बजे के करीब जदों महाराज का प्रकाश करके गुरु का वजीर बाहर निकलिया तो बीबियां सेवा कर रही सीगियां तो वह सिर्फ इन्हें आके सतगुरु श्री गुरु ग्रंथ साहिब पातशाह की बेअदबी की है तो जिथे असी उस घटना की निखेधी करते हैं कि सतगुरु सच्चे पातशाह उस व्यक्ति को सज़ा आप तुरंत देन तो उत्थे असी पुलिस प्रशासन तो ये बेनती करते हैं कि इस व्यक्ति को क्योंकि सिख धर्म में ही क्यों इस तरह के जिहड़े व्यक्ति ने वो पेंदे ने गुरु ग्रंथ साहिब क्यों पेंदे ने होर कदे किसी धर्म की बेअदबी या किसी धर्म की कोई इस तरह की घटना कदे नहीं वापरी तो साड़ी सुनिमर बेनती है कि इस व्यक्ति के परचा दर्ज करके तो ये तो पूरी जाँच पड़ताल करके कि ये बैक से किड़े बंदे जोड़े ने यह घटना करवा रहे हैं। मेरी सुनिमर बेनती पुलिस प्रशासन में है क्योंकि मानयोग SSP साहब ना भी गल हुई है तो मानयोग SHO साहब ना भी गल हुई है मंडी गोबिंदगढ़ उन्होंने भी भरोसा दवाया कि असं ये बिल्कुल कार्रवाई बनती कार्रवाई कानूनी जो है वो करांगे तो साड़ी सुनिमर बेनती कि तुरंत यदि जांच पड़ताल करके संगतों के सामने जो इंसाफ है वो आना चाहिए। मंडी गोबिंदगढ़ पुलिस ने व्यक्ति को अपनी हिरासत च लैके मामले की बारीकी पड़ताल आरंभ कर दी है। अपने तूरा पिंड च थाना मंडी गोबिंदगढ़ के अंदर एक बड़ी मंदभागी घटना सामने आई है जी, जिन्हें भी शब्दों की निंदा की है घट है। पुलिस महकमे वालों पूरी मुस्तैदी काम करते हुए बंदे की गिरफ्तारी पाकर परचा रजिस्टर करता गया जी, बाकी तफ्तीश जारी है।